ਤੇ ਪਰ ਇਹ ਤਾਂ ਕਹਿੰਦੇ ਅਸੀਂ ਆਮ ਆਦਮੀ ਆ ਆਮ ਇਹ ਤਾਂ ਜਲਾਦ ਬਣੇ ਬੈਠੇ ਆ ਕੱਲ ਕਿਸਾਨਾਂ ਵੱਲੋਂ ਪੂਰੇ ਪੰਜਾਬ ਵਿੱਚ ਟੋਲ ਪਲਾਜੇ ਫ੍ਰੀ ਕੀਤੇ ਗਏ ਤੇ ਅੱਜ ਪੂਰੇ ਪੰਜਾਬ ਦੇ ਜਿਹੜੇ ਐਮ ਐਲ ਏ ਆ ਚਾਹੇ ਉਹ ਬੀ ਜੀ ਪੀ ਦੇ ਹੋਣ ਚਾਹੇ ਆਮ ਆਦਮੀ ਪਾਰਟੀ ਦੇ ਹੋਣ ਉਹਨਾਂ ਦੇ ਘਰਾਂ ਦਾ ਘਰਾਓ ਕੀਤਾ ਗਿਆ ਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਰਾਓ ਸੰਯੁਕਤ ਮੋਰਚੇ ਵੱਲੋਂ ਕੀਤਾ ਗਿਆ ਇਸ ਟਾਈਮ ਅਸੀਂ ਬਾਗਾਪਰਾਣਾ ਹਲਕੇ ਦੇ ਐਮਐਲਏ ਅਮਰਤਪਾਲ ਸਿੰਘ ਦੇ ਘਰ ਅੱਗੇ ਖੜੇ ਆ ਤੇ ਇੱਥੇ ਵੀ ਕਿਸਾਨਾਂ ਨੇ ਮੋਰਚਾ ਲਾਇਆ ਹੋਇਆ ਆ ਆਪਾਂ ਜਾਣਦੇ ਆ ਉਹਨਾਂ ਤੋਂ ਕਿ ਉਹਨਾਂ ਦਾ ਕੀ ਮਾਮਲਾ ਏ ਵੀਰ ਜੀ ਕੀ ਆ ਤੁਹਾਡਾ ਮਾਮਲਾ ਜੀ ਕਿਹੜੀ ਗੱਲੋਂ ਅੱਜ ਇੱਥੇ ਤੁਸੀਂ ਮੋਰਚਾ ਲਾਇਆ ਤੁਸੀਂ ਜੀ ਭਾਰਤੀ ਕਿਸਾਨਾਂ ਦੀ ਏਕਤਾ ਹਗਰਾਹਾਂ ਵੱਲੋਂ ਜੀ ਬਾਗਾਪਰਾਣਾ ਦੇ ਵਿੱਚ ਅਮਰਤਪਾਲ ਸੁਖਾਨੰਦ ਦੇ ਬਾਰਮੂਰੇ ਐਮਐਲਏ ਹਲਕਾ ਬਾਗਾਪਰਾਣਾ ਦੇ ਜੀ ਜੀ ਬਾਰਮੂਰੇ ਸਾਡਾ ਧਰਨਾ ਜਰ ਅੱਜ ਹਾਂਜੀ ਬਲਾਕ ਪ੍ਰਧਾਨ ਗਦਾ ਸਿੰਘ ਸਿੱਖ ਦੀ ਗਵਾਈ ਚ ਲੱਗਿਆ ਜੀ ਜਿਹੜੇ ਧਰਨੇ ਦੀਆਂ ਸਾਡੀਆਂ ਮੁੱਖ ਮੰਗਾਂ ਕਿ ਝੋਨੇ ਦੀ ਜਿਹੜੀ ਖਰੀਦ ਆ ਜੀ ਉਹ ਪੂਰੀ ਐਮਐਸਪੀ ਤੇ ਕੀਤੀ ਜਾਵੇ ਹੂੰ ਸਰਕਾਰੀ ਖਰੀਦ ਹਜੇ ਤੱਕ ਸ਼ੁਰੂ ਨਹੀਂ ਹੋਈ ਜੀ ਸਰਕਾਰ ਦਾ ਸੀਗਾ ਕਿ ਅਸੀਂ ਇੱਕ ਤਰੀਕ ਤੋਂ ਸਰਕਾਰੀ ਖਰੀਦ ਜਿਹੜੀ ਸ਼ੁਰੂ ਕਰਤੀ ਜੀ ਪਰ ਹਜੇ ਤੱਕ ਕੋਈ ਦਾਣਾ ਨਹੀਂ ਵਿਕਿਆ ਜਿਹੜਾ ਨੂੰ ਕੋਈ ਵਿਕਿਆ ਉਹਨਾਂ ਤਾਂ ਲੁੱਟਿਆ ਗਿਆ ਹਜੇ ਤੱਕ ਜਨ ਦੀ ਸਾਡੀ ਇਹ ਮੰਗ ਹੈ ਦੂਜੀ ਮੰਗ ਆ ਸਾਡੀ ਕਿ ਜਿਹੜਾ ਝੋਨਾ ਇਹ ਤੋਂ ਪਹਿਲਾਂ ਤੁਸੀਂ ਲੁੱਟ ਲਿਆ ਲੋਕਾਂ ਤੋਂ ਜੀ ਘੱਟ ਰੇਟ ਤੇ ਉਹਦੀ ਪੂਰੀ ਪਰਪਾਈ ਕਰੋ ਜੀ ਤੇ ਇੱਕ ਸਰਕਾਰ ਸਾਨੂੰ ਇਹ ਪ੍ਰਾਲੀ ਦੇ ਨਾਂ ਤੇ ਕਿ ਇਹ ਪ੍ਰਾਲੀ ਨੂੰ ਅੱਗ ਜੇ ਤੁਸੀਂ ਲਾਤੀ ਤੁਹਾਡੇ ਲਾਲ ਇੰਟਰਾਂ ਕਰ ਦੇਵਾਂਗੇ ਜੀ ਤੇ ਤੁਹਾਨੂੰ ਜੁਰਮਾਨੇ ਪਾ ਦੇਵਾਂਗੇ ਤੁਹਾਨੂੰ ਪੁਲਿਸ ਚ ਫੜ ਕੇ ਅੰਦਰ ਕਰ ਦੇਵਾਂਗੇ ਤੁਹਾਡੇ ਤੇ ਪਰਚੇ ਦਰਜ ਕਰ ਦੇਵਾਂਗੇ ਜਦੋਂ ਕਿ ਸਾਡੀ ਮੰਗ ਸੀਗੀ ਇਹ ਕਿ 200 ਰੁਪਇਆ ਪ੍ਰਤੀ ਕੁਆਂਟਲ ਬੋਨਸ ਜੇ 7 ਦਿਨ ਦੇ ਦਿਆਂਗੇ ਅਸੀਂ 7 ਦਿਨਾਂ ਦੇ ਅੰਦਰ ਅੰਦਰ ਪ੍ਰਾਲੀ ਸਰਕਾਰ ਉਹ ਆਪਦੀ ਚੱਕ ਕੇ ਲੈ ਜੇ ਅਸੀਂ ਕੋਈ ਪੈਸਾ ਵੀ ਨਹੀਂ ਲੈਂਦੀ ਫਿਰ ਅਸੀਂ ਉਹ ਬੀਜਾਂਗੇ ਕਣਕ ਕਿਉਂਕਿ ਅਸੀਂ ਫਸਲ ਦੁਆਰਾ ਕਣਕ ਦੀ ਬੀਜਣੀ ਹੁੰਦੀ ਆ ਤੇ 2 ਨਵੰਬਰ ਨੂੰ ਜਿਹੜੀ ਕਣਕ ਦੀ ਬਜਾਇਆ ਬਜਾਉਂਦਾ ਸ਼ੁਰੂ ਹੋ ਜਾਣੀ ਹੁੰਦੀ ਆ ਅੱਜ ਆਪਾਂ 18 ਤਰੀਕ ਚ ਖੜੇ ਆ ਹਜੇ ਦਿਨ 12 ਰਹਿ ਗਏ ਪਰ ਹਜੇ ਤੱਕ ਸਰਕਾਰ ਨੇ ਡੀਏਪੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਕੂਕ ਸੁੱਤੀ ਪਈ ਆ ਸਰਕਾਰ ਜਦੋਂ ਕਿ ਪਤਾ ਆ ਵੀ ਹਰ ਸਾਲ ਇੰਨੇ ਟਨ ਜਿਹੜਾ ਡੀਏਪੀ ਲੱਗਦੀ ਆ ਪਰ ਜਿਹੜੀ ਡੀਐਪੀ ਭੇਜੀ ਗਈ ਸੀ ਉਹ ਸ਼ਰਿਆਂ ਫੜੀ ਗਈ ਆ ਦੋਦਰਪਿੰਡ ਤੇ ਸਾਡੀ ਆਧਾਰ ਨਾਲ ਸਾਡੀ ਜੱਥੇਬੰਦੀ ਨਹੀਂ ਫੜੀ ਆ ਉਹ ਜਮਈ ਜਣੇ ਦੀ ਜ਼ੀਰੋ ਸੀ ਉਹਦਾ ਕੋਈ ਵੀ ਸੈਂਪਲ ਉਹ ਪਾਸ ਨਹੀਂ ਹੋਇਆ ਤਾਂ ਸਰਕਾਰ ਜਣੇ ਦੀ ਕਿਸਾਨਾਂ ਪ੍ਰਤੀ ਜਿਹੜੀ ਵਾਅਦੇ ਕਰਦੇ ਸੀ ਕਿ ਅਸੀਂ ਆਮ ਘਰਾਂ ਦੇ ਧੀਆਂ ਪੁੱਤ ਅਸੀਂ ਕੋਈ ਵੀ ਧਰਨਾ ਮੁਜ਼ਾਰੇ ਨਹੀਂ ਹੋਣ ਦੇਵਾਂਗੇ ਮੈਨੂੰ ਨਹੀਂ ਲੱਗਦਾ ਕੋਈ ਕੋਈ ਦਿਨ ਰਹਿਣੇ ਅਸੀਂ ਬਹਿਲੇ ਰਹੀਏ ਹੋਈਏ ਹਰ ਰੋਜ਼ ਸਾਨੂੰ ਧਰਨੇ ਮੁਜ਼ਾਰੇ ਕਰਨੇ ਪੈਂਦੇ ਆ ਕਿਉਂਕਿ ਸਰਕਾਰ ਇਹ ਨਿਕੰਮੀ ਸਾਫਤ ਹੋ ਗਈ ਇਹ ਸਰਕਾਰ ਕਿਸਾਨ ਵਿਰੋਧੀ ਆ ਸਾਡੇ ਮਜ਼ਦੂਰਾਂ ਤੇ ਕਿਸਾਨਾਂ ਦੀ ਵਿਰੋਧੀ ਛੱਡ ਜਣਦੀ ਕਿਰਤੀ ਲੋਕਾਂ ਦੀ ਸਮੁੱਚੇ ਕਿਰਤੀ ਲੋਕਾਂ ਦੀ ਵਿਰੋਧੀ ਹੋ ਗਈ ਹੈ ਇਹ ਇਹ ਸਾਡੇ ਕਿਰਤੀ ਲੋਕਾਂ ਦੇ ਹੱਕ ਜਿਹਨਾਂ ਨਹੀਂ ਭੁਗਤਦੇ ਉਹਨਾਂ ਜਗੀਰਦਾਰਾਂ ਦੇ ਕਾਰਪੋਰੇਟਾਂ ਦੇ ਜਣਦੀ ਉਹਨਾਂ ਦੇ ਹੱਕ ਜਿ ਭੁਗਤ ਰਹੇ ਆ ਜਣਦੀ ਮੋਦੀ ਸਰਕਾਰ ਨਾਲੋਂ ਕੋਈ ਸੂਤ ਪਰ ਵੀ ਫਰਕ ਨਹੀਂ ਪਿਆ ਉਹਨਾਂ ਨਾਲ ਮਿਲ ਕੇ ਚੱਲ ਰਹੇ ਆ ਇੱਕੋ ਇੱਕ ਨਿਸ਼ਾਨਾ ਸਰਕਾਰ ਦਾ ਕਿ ਅਸੀਂ ਜ਼ਮੀਨਾਂ ਖੋਹਣਾਂ ਆ ਹੱਤ ਝੋਨੇ ਦੀ ਸਰਕਾਰੀ ਖਰੀਦ ਠੱਪ ਕਰਨ ਦਾ ਇਹ ਮੇਨ ਮਕਸਦ ਹੀ ਇਹ ਹੈ ਕਿ ਇੱਥੇ ਸਾਡੀਆਂ ਜ਼ਮੀਨਾਂ ਤੇ ਉਹਨਾਂ ਕਾਰਪੋਰੇਟਾਂ ਦਾ ਉਹਨਾਂ ਜੰਗੀਰਦਾਰਾਂ ਦਾ ਕਬਜ਼ਾ ਕਰਾਉਣ ਜਾ ਰਹੇ ਆ ਇਹ ਕਿ ਇਹ ਝੋਨਾ ਜਦੋਂ ਵਿਕਿਆ ਨਾ ਇਹ ਅੱਕੇਵੇਂ ਛੱਡ ਜਾਣਗੇ ਆ ਤੁਸੀਂ ਦੇਖੇ ਉਹ ਦੋ ਤਿੰਨ ਕਿਸਾਨ ਤਾਂ ਝੋਨੇ ਦੀਆਂ ਢੇਰੀਆਂ ਤੇ ਬੈਠੇ ਜਿਹੜਾ ਦਿਲਫਿਲ ਹੋਣ ਕਾਰਨ ਜਿਹਨੂੰ ਅਸੀਂ ਹੱਟ ਅਟੈਕ ਕਹਿੰਦੇ ਆ ਉਹਦੇ ਨਾਲ ਚਲੇ ਗਏ ਵਿਚਾਰੇ ਹੁਣ ਉਹ ਮੂਰੇ ਅਸੀਂ ਕਰਜ਼ਾ ਦੇਣਾ ਹੁੰਦਾ ਤੇ ਸਾਡੀ ਤਾਂ ਅਲਾਇਆ ਹੁੰਦਾ ਕਿ ਇੰਨੀ ਤਰੀਕ ਨੂੰ ਝੋਨਾ ਵਿਕਜੂ ਇੰਨੀ ਤਰੀਕ ਨੂੰ ਅਸੀਂ ਡੀਏਪੀ ਆ ਜਿਹੜਾ ਉਹ ਲਿਆਵਾਂਗੇ ਫਿਰ ਕਣਕ ਮੂਰੇ ਬੀਜਾਂਗੇ ਕਿਉਂਕਿ ਇੱਕ ਨੀਤੀ ਆ ਗਈ ਅਸੀਂ ਬੀ ਵੀ ਘਰ ਦਾ ਅੱਗੇ ਹੁੰਦਾ ਸੀ ਉਹ ਵੀ ਨਹੀਂ ਬੀਜ ਰਹੇ ਹੁਣ ਸਾਨੂੰ ਵੀ ਵੀ ਉਹ ਹਾਈਬ੍ਰਿਡ ਜਿਹੜਾ ਕਣਕਾਂ ਦੇ ਵੀ ਲੈਣੇ ਪੈਂਦੇ ਆ ਤੇ ਉਹ ਵੀ ਮੁੱਲ ਮਿਲਦੇ ਆ ਡੀਏਪੀ ਵੀ ਮੁੱਲ ਮਿਲਦਾ ਤੇ ਸਰਕਾਰ ਦਾ ਇਹ ਆ ਵੀ ਇਹਨੂੰ ਖੇਤੀ ਤੋਂ ਜੇ ਇਹਨਾਂ ਨੂੰ ਪਾਸੇ ਕਰਨਾ ਤਾਂ ਇਹਨਾਂ ਨੂੰ ਕਿਸਾਨਾਂ ਨੂੰ ਸਕੰਜੇ 'ਚ ਕੱਸ ਦਿਓ ਇਹ ਅਸੀਂ ਫੁੱਲ ਸਕੰਜੇ 'ਚ ਜਾਣਦੀ ਇਹ ਕਿਸਾਨ ਪੱਖੀ ਸਰਕਾਰ ਹੈ ਨਹੀਂ ਦੁਸ਼ਮਣ ਵਾਲੀ ਕਤਾਰ 'ਚ ਖੜੀ ਕਰਨ ਵਾਲੀ ਸਰਕਾਰ ਆ ਜਿਹਦੇ ਕਾਰਨ ਅਸੀਂ ਦੁਖੀ ਹੋયા ਨੇ ਇਹ ਧਰਨਾ ਲਾਇਆ ਇਹ ਧਰਨਾਰਾ ਨੇ ਦਿਨ-ਰਾਤ ਚੱਲੂਗਾ ਜਿੰਨਾ ਚਿਰ ਸਾਡਾ ਦਾਣਾ-ਦਾਣਾ ਨਹੀਂ ਵਿਕਦਾ ਜਿਹੜਾ ਵਿਕਿਆ ਹੋਇਆ ਝੋਨਾ ਉਹਦੀ ਪੂਰੀ ਪਰਪਾਈ ਨਹੀਂ ਹੁੰਦੀ ਜਿਹੜਾ ਸਾਡੀ ਪਰਾਲੀ ਆ ਉਹਦੇ ਤੇ ਚਾਹਦਾ ਮਸ਼ੀਨਾਂ ਦੇਣਾ ਹੈ ਪੰਜ-ਪੰਜ 7-7 ਹਰੇਕ ਪਿੰਡ ਨੂੰ ਤੇ ਨਹੀਂ ਅੱਗ ਲਾਉਣੀ ਸਾਡੀ ਮਜਬੂਰੀ ਆ ਸੀ ਨਹੀਂ ਚਾਹੁੰਦੇ ਕਿਉਂਕਿ ਸਾਡੇ ਬਾਪੂ ਸਾਡੇ ਚਾਚੇ ਤਾਏ ਜਿਹੜੇ ਛਾਹ ਦੇ ਮਰੀਜ਼ ਆ ਜੀ ਬਹੁਤ ਔਖੇ ਹੁੰਦੇ ਆ ਉਹ ਸਾਨੂੰ ਵੀ ਪਤਾ ਕਿ ਪ੍ਰਦੂਸ਼ਣ ਫੈਲਦਾ ਪਰ ਸਰਕਾਰ ਨੂੰ ਇਹ 8% ਸਾਡਾ ਪ੍ਰਦੂਸ਼ਣ ਤਾਂ ਦਿਸੀ ਜਾਂਦਾ ਉਹ ਜਿਹੜਾ ਮਸ਼ੀਨਰੀ ਦਾ 92% ਪ੍ਰਦੂਸ਼ਣ ਆ ਜਿਹੜਾ ਫੈਕਟਰੀਆਂ ਦਾ ਉਹ ਨਹੀਂ ਦਿਸ ਰਿਹਾ ਤੇ ਸਾਨੂੰ ਜਾਣ ਬੁੱਝ ਕੇ ਜਲੀਲ ਕੀਤਾ ਜਾ ਰਿਹਾ ਇੱਕੋ ਇੱਕ ਮਕਸਦ ਆ ਵਾਰ-ਵਾਰ ਮੇਰਾ ਕਹਿਣ ਦਾ ਕਿ ਸਾਥੋਂ ਜ਼ਮੀਨਾਂ ਖੋਣੀਆਂ ਸਾਡਾ ਪਾਣੀ ਆ ਜਿਹੜਾ ਸਾਡੀ ਪਹੁੰਚ ਤੋਂ ਦੂਰ ਜਾਵੜਿਆ ਜਿਹੜੇ ਬੱਚਿਆਂ ਨੂੰ ਅਸੀਂ ਆਉਣ ਜਾਣੇ ਬਰਾਸਤ ਚ ਦੇਖੇ ਜਾਣੀਆਂ ਸੀ ਚੀਜ਼ਾਂ ਜਿਹੜੀਆਂ ਅਸੀਂ ਆ ਤੇ ਬਾਪੂਆਂ ਤੋਂ ਲਈਆਂ ਸੀ ਅਸੀਂ ਖਾਲਾਂ ਚ ਬੁੱਕਾਂ ਨਾਲ ਪਾਣੀ ਪੀਂਦੇ ਰਹੇ ਹਾਂ ਅਸੀਂ ਖੂਹਾਂ ਦੀਆਂ ਮੌਣਾ ਤੇ ਬਹਿ ਕੇ ਪਾਣੀ ਨੇੜੋਂ ਹੋ ਕੇ ਨਹਾਤੇ ਹਾਂ ਉੱਥੇ ਦੇਖਿਆ ਪਰ ਅੱਜ ਉਹ ਪਾਣੀ ਸਾਡਾ ਜਿਹੜਾ ਬਹੁਤ ਪਹੁੰਚ ਤੋਂ ਬਾਹਰ ਜਾਵੜਿਆ ਜਿਵੇਂ ਵਿਗਿਆਨੀ ਕਹ ਰਹੇ ਆ ਕਿ ਇਹਨੇ 32 ਦੇ ਵਿੱਚ 2032 ਚ ਮੁੱਕ ਜਾਣਾ ਸਾਨੂੰ ਵੀ ਉਹ ਹੈਗਾ ਕਿ ਆਉਣ ਵਾਲੀਆਂ ਪੁਸਤਾਂ ਸਾਨੂੰ ਗਾਲਾਂ ਦੇਣਗੀਆਂ ਕਿ ਸਾਡੇ ਪੁਰਖੇ ਸਾਡੇ ਵੱਡ ਬੜੇਰੇ ਨੇ ਕਿਉਂ ਨਹੀਂ ਸਾਡੀ ਖਾਤਰ ਇਹ ਕੁਝ ਬਚਾ ਕੇ ਰੱਖਿਆ ਸਾਡਾ ਪਾਉਣ ਪਾਣੀ ਜਿਹੜਾ ਸਾਡੀ ਹਵਾ ਉਹ ਸਾਰੀ ਜ਼ਹਿਰੀਲੀ ਕਰਤੀ ਸਾਡਾ ਪਾਣੀ ਪੌਂਚ ਤੋਂ ਬਾਹਰ ਹੋ ਗਿਆ ਜਣੀ ਸਾਡੀ ਧਰਤੀ ਆ ਜਿਹੜੀ ਉਹ ਰਸਾਇਣਕ ਪਦਾਰਥਾਂ ਤੋਂ ਬਗੈਰ ਸਾਨੂੰ ਕੋਈ ਅਨਾਜ ਹੀ ਨਹੀਂ ਦੇ ਰਹੀ ਉਹ ਰਸਾਇਣਕ ਪਦਾਰਥ ਸਾਨੂੰ ਮਨਾਮੂਹੀ ਤੇ ਸਟਣੇ ਪੈਂਦੇ ਆ ਸੋ ਅੱਜ ਕਿਸਾਨ ਚੱਕੀ ਚ ਪਿਸ ਰਿਹਾ ਕਰਜ਼ੇ ਦੀ ਦਲਦਲ ਦੇ ਵਿੱਚ ਆ ਸਾਡੇ 3 ਪੁੱਤ ਨਸ਼ੇ ਦੇ ਵੱਲ ਜਾ ਰਹੇ ਆ ਜਿਹੜੇ ਇੰਟੈਲੀਜੈਂਟ ਬੱਚੇ ਸੀ ਉਹ ਵਿਦੇਸ਼ਾਂ ਚ ਜਾ ਵੜੇ ਅਸੀਂ ਅੱਜ ਬਹੁਤ ਦੁਖੀ ਆ ਕੋਈ ਸਰਕਾਰ ਸਾਡਾ ਹੱਥ ਨਹੀਂ ਫੜ ਰਹੀ ਇੱਕੋ ਇੱਕ ਸਾਡਾ ਟੀਚਾ ਸੰਘਰਸ਼ ਆ ਜਿਹੜੇ ਸੰਘਰਸ਼ਾਂ ਲਈ ਅਸੀਂ ਥੋੜਾ ਬਹੁਤਾ ਕੁਝ ਲੈਣੇ ਆ ਸੋ ਇਹੀ ਆਸ ਆ ਸਾਡੀ ਕਿ ਇਹ ਸੰਗਾਂ ਸਰਕਾਰਾਂ ਜਿਹੜੀਆਂ ਆ ਸੰਘਰਸ਼ਾਂ ਨਾਲ ਹੀ ਦਬਣਗੀਆਂ ਸੋ ਫੇਰ ਹੀ ਅਸੀਂ ਪੂਰਾ ਮੁੱਲ ਲੈ ਸਕਦੇ ਮਾਤਾ ਜੀ ਭਗਵੰਤ ਮਾਨ ਦਾ ਕਹਿੰਦਾ ਸੀ ਕਿ ਮੈਂ ਆਮ ਘਰ ਦਾ ਮੁੰਡਾ ਐ ਤੇ ਜਿਹੜੇ ਸਾਡੇ ਐਮਐਲਏ ਜਿੱਤੇ ਨੇ ਉਹ ਵੀ ਆਮ ਘਰਾਂ ਦੇ ਪੁੱਤ ਨੇ ਤੇ ਕਹਿੰਦਾ ਸੀ ਅਸੀਂ ਜਿਹੜਾ ਜਿਹੜੇ ਸਾਡੇ ਕਿਸਾਨ ਆ ਉਹਨਾਂ ਦੀ ਕਦੇ ਵੀ ਖੱਜਲ ਖਵਾਰੀ ਨਹੀਂ ਹੋਣ ਦੇਵਾਂਗੇ ਉਹਨਾਂ ਦੀ ਫਸਲ ਦਾ ਦਾਣਾ-ਦਾਣਾ ਝੁੱਕਾਂਗੇ ਪਰ ਦੇਖੋ ਵੀ ਕਿਸਾਨਾਂ ਨੂੰ ਤਾਂ ਆਪਣੀ ਫਸਲ ਚ ਕੌਣ ਵਾਸਤੇ ਧਰਨੇ ਮੁਜਾਰੇ ਕਰਨੇ ਪੈ ਰਹੇ ਆ ਕੀ ਕਹੂੰਗੇ ਸਾਨੂੰ ਤਾਂ ਲੱਗਦਾ ਨਹੀਂ ਵੀ ਉਹ ਆਮ ਕਾ ਆਦਮੀ ਕਰਦਾ ਮੁੰਡਾ ਹੋਊਗਾ ਸਾਡੇ ਕਹਿੰਦੇ ਆਮ ਤਾਂ ਅਸੀਂ ਆਂ ਜੀ ਜੀ ਜਿਹੜੇ ਅਸੀਂ ਰੋਲ ਰਹੇ ਆ ਹਨਾ ਸਾਨੂੰ ਕੋਈ ਸ਼ੌਂਕ ਨਹੀਂ ਹੈਗਾ ਵੀ ਅਸੀਂ ਐਮਐਲਏ ਦੇ ਬਾਹਰ ਚ ਜਾ ਜਾ ਕੇ ਬਾਰ-ਬਾਰ ਬੈਠ ਕੇ ਅਸੀਂ ਬਿੱਲੇ ਨਹੀਂ ਹੈਗੇ ਠੀਕ ਆ ਸਾਨੂੰ ਮਜਬੂਰ ਕੀਤਾ ਜਾਂਦਾ ਅਸੀਂ ਤਾਂ ਜਾਣਦੇ ਆ ਕਿਤੇ ਸੜਕਾਂ ਤੇ ਕਿਤੇ ਰੇਲਵੇ ਤੇ ਕਿਤੇ ਐਮਐਲਏ ਦੇ ਬਾਹਰ ਚ ਕਿਤੇ ਭਗਵੰਤਮਾਨ ਦੇ ਅਲੀ ਨੰਦ ਭਗਵਾਨ ਤਮਾਨਦੀ ਦਾ ਤੁਸੀਂ ਗੱਲ ਨਾ ਹੀ ਕਰੋ ਜੀ ਕਿਉਂਕਿ ਉਹ ਤਾਂ ਫਿਲਮ ਐਕਟਰ ਸੀ ਪਹਿਲਾਂ ਚੁਟਕਲੇ ਉਹਨੇ ਤਾਂ ਚੁਟਕਲੇ ਦੇ ਨਾਲ ਹੀ ਹਰ ਇੱਕ ਗੱਲ ਕਰਨੀ ਆ ਉਹਦੀ ਤਾਂ ਗੱਲ ਸਾਡੇ ਕੋਲ ਤੁਸੀਂ ਨਾ ਹੀ ਕਰੋ ਕਿਉਂਕਿ ਸਾਨੂੰ ਤਾਂ ਉਹਦੇ ਤੇ ਇੱਕ 5% ਦਾ ਵੀ ਵਿਸ਼ਵਾਸ ਹੈ ਨੀਗਾ ਤੇ ਨਾਲ ਹੀ ਜਿਹੜੇ ਇਹ ਸਾਡੇ ਐਮਐਲਏ ਆਮ ਆਦਮੀ ਪਾਰਟੀ ਦੇ ਸਾਰੇ ਇੱਕ ਨਹੀਂ ਮੈਂ ਕਹਿੰਦੀ 92 ਦੇ 92 ਹੀ ਇਹ ਉਹਦੀ ਮਤਲਬ ਕਿ ਜੁੱਤੀ ਥੱਲੇ ਹੀ ਆ ਸਾਡੇ ਹਿਸਾਬ ਨਾਲ ਤਾਂ ਹੂੰ ਕਿਉਂਕਿ ਸਾਡੇ ਨਾਲ ਤਾਂ ਹੈ ਨਹੀਂ ਕਿ ਜੇ ਇਹ ਆਮ ਆਦਮੀ ਘਰਾਂ ਦੇ ਮੁੰਡੇ ਸੀਗੇ ਤੇ ਇਹ ਆਮ ਲੋਕਾਂ ਨਾਲ ਤੁਰਨ ਇਹ ਤਾਂ ਕਹਿੰਦਾ ਸੀ ਕਿ ਮੇਰੇ ਕੋਲੇ 8 ਕਿੱਲੇ ਆ ਮੈਂ ਖੇਤੀ ਕਰੂੰਗਾ ਇੱਥੇ ਹੀ ਧਰਨਾ ਲੱਗਿਆ ਸੀ ਸਾਰੇ ਵੀਰ ਜੀ ਦੇ ਵਾਹ ਕਹਿੰਦਾ ਸੀ ਮੈਂ ਆਪ ਖੇਤੀ ਕਰੂੰਗਾ ਟਰੈਕਟਰ ਲਊਗਾ ਮੇਰੇ ਕੋਲੇ 8 ਕਿੱਲੇ ਜ਼ਮੀਨ ਆ ਫਿਰ ਇਹਨੇ ਖੇਤੀ ਕਿਉਂ ਨਹੀਂ ਕੀਤੀ ਇਹਦੇ ਕੋਲੇ 22 ਕਿੱਲੇ ਲੰਬ ਵਾਲੇ ਕਿਵੇਂ ਖਰੀਦੇ ਗਏ ਜੀ ਮੋੜਾਂ ਦੇ ਵਿੱਚ ਮਾੜੀ ਦੇ ਟੰਬੋਰਾਂ ਦੇ ਸਾਨਾਂ ਦੇ ਵਿੱਚ ਨੇ ਸੇਲਰ ਕਿੱਥੋਂ ਲੈ ਲਿਆ ਬਾਈ 8 ਕਿਲਿਆਂ ਵਾਲਾ ਬੰਦਾ ਤਾਂ ਨਹੀਂ ਲੈ ਸਕਦਾ ਜੀ ਠੀਕ ਆ ਮੈਂ ਡਰਨ ਵਾਲਿਆਂ ਚੋਂ ਹੈ ਨਹੀਂ ਮੈਨੂੰ ਦਬਾਅ ਬਹੁਤ ਪੈ ਰਿਹਾ ਮੇਰੇ ਪਿੰਡ ਦੇ ਵਿੱਚੋਂ ਮੇਰੀ ਕੱਲੀ ਜਾਨ ਆ ਮੇਰਾ ਪੁੱਤ ਵਿਦੇਸ਼ਾਂ ਚ ਆ ਠੀਕ ਆ ਪਰ ਮੈਂ ਡਰਨ ਵਾਲਿਆਂ ਚੋਂ ਨਹੀਂ ਹੈਗੀ ਪਰ ਮੈਂ ਇੱਕੋ ਗੱਲ ਕਰਦੀ ਆ ਵੀ 8 ਕਿਲਿਆਂ ਵਾਲੇ ਬੰਦੇ ਨੇ ਕੋਠੀ ਕਿਵੇਂ ਵਸਾਰ ਲਈ ਸਹੀ ਆ ਸੀ ਸੇਲਾ ਕੇ ਬਈ ਜੀ ਜੀ ਇੱਥੇ ਤਾਂ 52 52 ਕਿੱਲਿਆਂ ਵਾਲਾ ਤਾਂ ਖਰਚੇ ਨਹੀਂ ਪੂਰੇ ਆਉਂਦੇ ਸਾਡੇ ਤਾਂ ਤਾਂ ਸਾਡੇ ਆਹ ਰਾਸ਼ਨ ਪਾਣੀ ਨਹੀਂ ਪੂਰੇ ਆਉਂਦੇ ਜਵਾਕ ਬਿਲਕਦੇ ਸਾਡੇ ਤਾਂ ਹਜੇ ਤੱਕ ਨਹੀਂ ਪੂਰੇ ਪੱਲੇ ਆਉਂਦੇ ਹੈ ਘਰਾਂ ਦੇ ਵਿੱਚ ਬੀਬੀਆਂ ਰੋਂਦੀਆਂ ਬਰਤਨ ਮਾਹ ਦੀਆਂ ਪਸੂਆਂ ਦੇ ਵਿੱਚ ਸਾਰਾ ਦਿਨ ਲੰਘ ਜਾਂਦਾ ਕਿਲੋ ਕਿਲੋ ਦੁੱਧ ਦੇ ਵਿੱਚ ਉਦਾਦਾ ਕਿਲੋ ਵੇਚਣ ਤੱਕਰ ਜਾਂਦੀਆਂ ਜੀ ਜੀ ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਇਹਨੇ ਮਜਬੂਰੀ ਦਿੱਤੀ ਆ ਅਸੀਂ ਇੱਥੇ ਨਸ਼ੇ ਵਿਰੋਧ ਧਰਨਾ ਲਾਇਆ ਸੀ ਅਮਰਤਪਾਲ ਵੀਰ ਜੀ ਨੇ ਖੁਦ ਕਿਹਾ ਸੀ ਕਿ ਮੈਂ ਅੱਗੇ ਤੋਂ ਧਿਆਨ ਰੱਖੂੰਗਾ ਮੈਂ ਸਭ ਦੀ ਰੱਖਿਆ ਕਰੂੰ ਮੈਨੂੰ ਤਾਂ ਲੱਗਦੀ ਨਹੀਂ ਰੱਖ ਕਿਉਂਕਿ ਅਸੀਂ ਕਿਸੇ ਮਾਮਲੇ ਦੇ ਵਿੱਚ ਬੋਲਣਾ ਨਹੀਂ ਚਾਹੁੰਦੇ ਜੋ 15 ਤਰੀਕ ਦੇ ਵਿੱਚ ਸਾਡੇ ਪਿੰਡ 'ਚ ਹਾਲਾਤ ਹੋਇਆ ਤੁਸੀਂ ਦੇਖ ਹੀ ਲਓ ਤਾਂ ਕਿ ਸਾਡੇ ਕਾਠੀ ਨੇ ਜੀ ਜੀ ਇਸੇ ਕਰਕੇ ਸਾਡੇ ਪਿੰਡ 'ਚ ਕਾਠ ਹੈ ਨਹੀਂ ਕਿਉਂਕਿ ਮੈਂ ਜ਼ਿਆਦਾ ਨਹੀਂ ਇਹਨੂੰ ਬੋਲਣਾ ਨਹੀਂ ਚਾਹੁੰਦੀ ਹੈਗੀ ਗੱਲਾਂ ਬੰਦੇ ਦੇ ਮਨ ਦੇ ਵਿੱਚ ਬਹੁਤ ਹੁੰਦੀਆਂ ਕਿਉਂਕਿ ਆਪਾਂ ਜਿਵੇਂ ਹੁਣ ਤੁਸੀਂ ਦੇਖ ਲਓ ਪਹਿਲਾਂ ਫੱਕਾਂ ਵੀ ਜੀਆਂ ਫਿਰ ਝੋਨੇ ਲਾਏ ਫਿਰ ਪਾਣੀ ਮੋਲ ਲੋਕਾਂ ਨੇ ਲਾਏ ਟਰੈਕਟਰ ਚਲਾਏ ਬੀਜੀਆਂ ਕੀ ਕੁਛ ਕੀਤਾ ਇਹਨਾਂ ਨੇ ਸੱਪਾਂ ਦੀਆਂ ਸਿਰੀਆਂ ਮਿੱਧੀਆਂ ਠੀਕ ਆ ਰੇਹਾਂ ਸਪਰਿਆਂ ਦੇ ਨਾਲ ਹੱਥ ਰੰਗੇ ਜਦੋਂ ਨੂੰ ਫਸਲ ਪੱਕੀ ਜਦੋਂ ਨੂੰ ਵੱਢਣ ਦਾ ਟਾਈਮ ਆਇਆ ਉਦੋਂ ਨੂੰ ਖਰੀਦ ਨਹੀਂ ਰਹੇ ਅੱਛਾ ਉਧਰੋਂ ਫਸਲ ਪੱਕੀ ਜਾਂਦੀ ਹੈ ਕਣਕ ਦੀ ਤਿਆਰੀ ਆ ਤੇ ਬੰਦੇ ਮੰਡੀਆਂ ਚ ਰੌੜ ਰਹੇ ਆ ਜੀ 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 ਠੀਕ ਆ ਜਦੋਂ ਹੁਣ ਅਸੀਂ ਬੈਠ ਗਏ ਹੁਣ ਵੀ ਤਾਂ ਖਰੀਦਣੀ ਸ਼ੁਰੂ ਕੀਤੀ ਐ ਉਦੋਂ ਹੀ ਖਰੀਦਣੀ ਸ਼ੁਰੂ ਕਰ ਲੈਂਦਾ ਬਣ ਕੇ ਬਾਗਾ ਪ੍ਰਾਣਾ ਬਲਾਕ ਦਾ ਐਮਐਲਏ ਐਵੇਂ ਨਹੀਂ ਬਣਿਆ ਲੋਕਾਂ ਨੇ ਇੱਕ ਇੱਕ ਕੀਮਤੀ ਵੋਟ ਇਹਨੂੰ ਪਾ ਕੇ ਜਿਤਾਇਆ ਸੀਗਾ ਬਹੁਤ ਵੱਡੀ ਆਸਮਿਤ ਸੀ ਵੀ ਆਮ ਆਦਮੀ ਮੁੰਡਾ ਬਹੁਤ ਵੱਡੇ ਵੱਡੇ ਕੰਮ ਕਰੂਗਾ ਪਰ ਸਭ ਨੇ ਬਸ ਆਸਾਂ ਤੇ ਪਾਣੀ ਫੇਰਤਾ ਨੇ ਠੀਕ ਆ ਇਹ ਨਹੀਂ ਹੈਗਾ ਵੀ ਆਪਣੇ ਧਿਆਨ ਰੱਖੋ ਹੂੰ ਬੰਦਾ ਉਹ ਹੁੰਦਾ ਆਪਣਾ ਛੱਡ ਕੇ ਬਗਾਨੇ ਦਾ ਧਿਆਨ ਰੱਖੇ ਆਪ ਦਾ ਰੁੱਲਦਾ ਤਾਂ ਰੁੱਲ ਜਾਂਦੇ ਬੰਦਾ ਇਹ ਸੋਚੇ ਵੀ ਮੇਰਾ ਰੁੱਲ ਜੂ ਮੈਨੂੰ ਤਾਂ ਪਰਮਾਤਮਾ ਬਾਅਦ ਵਿੱਚ ਮਿਲੇ ਪਹਿਲਾਂ ਮੇਰੇ ਬਰਾਬਰ ਦੇ ਨੂੰ ਮਿਲੇ ਇਹ ਸੋਚੋ ਮੈਂ ਤੁਰਦੀ ਆਂ ਜੀ ਮੈਂ ਤੁਰਦੀ ਆ ਮੈਂ ਕਹਣੀਆ ਮੇਰਾ ਰੁਲਦਾ ਰੁਲ ਜੀ ਮੇਰੇ ਨਾਲ ਦਿਆਂ ਦਾ ਪਹਿਲਾਂ ਸਵਾਰਿਆ ਜਾਵੇ ਜੀ ਠੀਕ ਆ ਬਸ ਮੈਂ ਨਹੀਂ ਅੱਛਾ ਵੀਰ ਜੀ ਭਗਵਾਨ ਤਮਾਨ ਸਰਕਾਰ ਨੇ ਤਾਂ ਕਿਹਾ ਸੀਗਾ ਕਹਿੰਦੇ ਵੀ ਜਿਵੇਂ ਦੂਜੀਆਂ ਸਰਕਾਰਾਂ ਕਿਸਾਨਾਂ ਦੀ ਖੱਜਲ ਖਵਾਰੀ ਕਰਉਂਦੀਆਂ ਕਿਤੇ ਕਹਿ ਦਿੰਦੀਆਂ ਫਸਲ ਵਿੱਚ ਨਮੀ ਜ਼ਿਆਦਾ ਕਿਤੇ ਕੋਸ਼ ਕਿਤੇ ਕੋਸ਼ ਤੇ ਕਹਿੰਦੇ ਸੀ ਅਸੀਂ ਬਿਨਾਂ ਸ਼ਰਤ ਤੋਂ ਜਿਹੜਾ ਕਿਸਾਨਾਂ ਦੀ ਫਸਲ ਦੀ ਖਰੀਦ ਕਰਾਂਗੇ ਪਰ ਹੁਣ ਕਿਉਂ ਨਹੀਂ ਕਰ ਰਹੇ ਪਹਿਲੀ ਗੱਲ ਤਾਂ ਜੀ ਥੋੜਾ ਧੰਨਵਾਦ ਇੱਥੇ ਆਉਣ ਤੇ ਸਾਡੇ ਧਰਨੇ ਚ ਆਏ ਤੁਹਾਨੂੰ ਅਸੀਂ ਵੈਲਕਮ ਕਹਿੰਦੇ ਆ ਮਿਹਰਬਾਨੀ ਕਿਉਂਕਿ ਤੁਹਾਡੀਆਂ ਮੀਡੀਆ ਰਹੀਂ ਸਾਡੀਆਂ ਸਰਕਾਰਾਂ ਕੋਲੇ ਖਬਰਾਂ ਜਾਂਦੀਆਂ ਜੀ ਜੀ ਸਾਡਾ ਪਿੰਡਾਂ ਵਾਲਿਆਂ ਦਾ ਕਿੱਤਾ ਹੀ ਖੇਤੀ ਤੇ ਕਿਸਾਨੀ ਨਾਲ ਹੈ ਜੀ ਸਾਡੇ ਬੱਚੇ ਖੇਤੀ ਕਿਸਾਨੀ ਤੋਂ ਵੱਲਦੇ ਆ ਜਿਹੜਾ ਸਾਡਾ ਚੁੱਲ੍ਹਾ ਉਹ ਖੇਤੀ ਕਿਸਾਨੀ ਨਾਲ ਚੱਲਦਾ ਹੈ ਜੀ ਜੀ ਉਹਦੇ ਵਿੱਚ ਭਾਵੇਂ ਭਗਵਾਨਤ ਮਾਨ ਹੋਵੇ ਭਾਵੇਂ ਮੋਦੀ ਹੋਵੇ ਬੇਸ਼ੱਕ ਮੇਰੇ ਪਿੰਡ ਦਾ ਮੁੰਡਾ ਐਮਐਲਏ ਅਮਰਤਪਾਲ ਹੈ ਜੀ ਜੇ ਸਾਡਾ ਕੋਈ ਕਣਕ ਝੋਨਾ ਨਾ ਚੱਕਿਆ ਜਾਊਗਾ ਜੀ ਇਹ ਪਿੰਡ ਦਾ ਹੈ ਇਸੇ ਜਗ੍ਹਾ ਤੇ ਮੇਰਾ ਭਰਾ ਜਾਂ ਮੇਰਾ ਪਿਓ ਹੁੰਦਾ ਸੀ ਉਹਦੇ ਬਾੜਚ ਵੀ ਧਰਨਾ ਲਾਉਣਾ ਸੀ ਵੀ ਸਾਡੇ ਪਈ ਫਸਲ ਚੱਕ ਸਾਡਾ ਕਿਤਾ ਸਾਡਾ ਚੁੱਲਾ ਫਸਲ ਨਾਲ ਚੱਲਦਾ ਜੀ 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 ਜੇ ਸਾਨੂੰ ਦਿੱਤਾ ਵੀ ਧਰਨੇ ਲਾਉਣੇ ਪਏ ਅਸੀਂ ਲਾਵਾਂਗੇ ਇੱਕ ਹੋ ਕੇ ਸਾਡਾ ਕਿਤਾ ਖੇਤੀ ਕਿਸਾਨੀ ਦਾ ਹੀ ਸਹੀ ਹੈ ਹਾਂ ਕੀ ਕਹੂੰਗੀ ਵੀਰ ਜੀ ਤੁਸੀਂ ਇਸ ਮਸਲੇ ਅਸੀਂ ਸਾਡੇ ਪ੍ਰਧਾਨ ਜੀ ਨੇ ਦੱਸ ਹੀ ਦਿੱਤਾ ਸਾਰਾ ਜੀ ਜੋ ਕਿ ਕਿਸਾਨਾਂ ਦਾ ਦਾਣਾ-ਦਾਣਾ ਅਸੀਂ ਚੁਕਾ ਕੇ ਹਾਂ ਰਵਾਂਗੇ ਜੇ ਨਾ ਚੱਕਣਗੇ ਸਾਡਾ ਧਰਨਾ ਪੱਕਾ ਇੱਥੇ ਹੋ ਗਿਆ ਜੀ ਡੇਲੀ ਤੋਂ ਡੇਲੀ ਕੱਠ ਵਧੂਗਾ ਜੀ ਚੁਕਾ ਕੇ ਹਟਾਂਗੇ ਇਹੀ ਗੋ ਕਹਿਣਾ ਚਾਹੁੰਦੇ ਆ ਧੰਨਵਾਦ ਤੁਹਾਡਾ ਬਾਬੂ ਜੀ ਕੀ ਕਹੋਗੇ ਤੁਸੀਂ ਜੀ ਅਸੀਂ ਦਾ ਕੰਮ ਨਜ਼ਾਰਾ ਤੇ ਸਾਡੇ ਸਰਕਾਰਾਂ ਜੀ ਜੀਵਨ ਦਾ ਸਾਰਾ ਬਾਹਰ ਸੁੱਖ ਰਿਆ ਜਿਨ੍ਹਾਂ ਨੇ ਅੱਜ ਮੌਕਾ ਸੰਭਾਲਿਆ ਖੇਤੀ ਦੀ ਬਜਾਈ ਦਾ ਰਿਆਂ ਲੋ ਥੋੜੀ ਬੈਠੇ ਅਸੀਂ ਤਾਂ ਸਾਡਾ ਚੋਨਾ ਚੱਕਦਾ ਰਿਆਂ ਕਾਹਦੇ ਚਾਹਾਂਗੇ ਲੈ ਉੱਠਣਾ ਤਾਂ ਰਿਆਂ ਤਾਂ ਹਾਂਜੀ ਹਾਂਜੀ ਸਭ ਤੋਂ ਨਕਮੇ ਇਹ ਆ ਜੀ ਅਸੀਂ ਇਹਦੀ ਵਾਸਤੇ ਉਹਦੇ ਬਾਹਰ ਜਾਉਣਾ ਪਿਆ ਜੇ ਹੋ ਸਕਦਾ ਤਾਂ ਸੀ ਕਿ ਮੈਂ ਤੱਪੜ ਵੀ ਦੇ ਕਰ ਸੇ ਸੇ ਸਾਥਰ ਬਿਜਾਵਾਂਗੇ ਮਰਨ ਨੂੰ ਤਿਆਰ ਆਂ ਅਸੀਂ ਭਾਈ ਤੇ ਪਰ ਇਹ ਤਾਂ ਕਹਿੰਦੇ ਅਸੀਂ ਆਮ ਆਦਮੀ ਆ ਆਮ ਇਹ ਤਾਂ ਜਲਾਦ ਬਣੇ ਬੈਠੇ ਆ ਜੀ ਆਮ ਤੋ ਹੁੰਦਾ ਜਿਹੜਾ ਕਿ ਭੁਜੇ ਲੜਦਾ ਹੋਵੇ ਜਾਂ ਗਰੀਬ ਆ ਤੋ ਉਹਦੀ ਹਾਮੀ ਕਰੇ ਜਲਾਦ ਬਣ ਕੇ ਜਲਾਦ ਆ ਇਹ ਹਮ ਇਹਨਾਂ ਵਾਰਾ ਪੂਰਨ ਬਖਸ਼ਮ ਜਲਾਦ ਨੇ ਬਟੇ ਉਸ ਤਰ੍ਹਾਂ ਕਰਨ ਵਾਲੇ ਬੰਦੇ ਆ ਇਹ ਕਿ ਬਾੜ ਦੇ ਸੰਗ ਤੁੰ ਕਿਵੇਂ ਬਾੜਾ ਤੂੰ ਦੱਸ ਹੀ ਚੁੱਕੇ ਆ ਮੈਂ ਦੱਸਦਾ ਹਮ ਇਹ ਕੱਠੇਲੇ ਵਾਲਾ ਬੰਦਾ ਮੈਂ ਪੰਜਾ ਕਨੇ ਖੇਤੀ ਕਰਦਾ 40 ਦੇ ਮਾ ਠੇਕੇ ਤੇ ਲੈਣਾ ਜੀ ਤੇ ਮੇਰੇ ਪੰਜ ਪਾਜੇ ਪੂਰੇ ਨਹੀਂ ਹੁੰਦੇ ਅੱਜ ਕੋਠੀਆਂ ਤੇ ਲੈ ਜਾਂਦੇ ਇਹਨੇ ਕੋਲ ਅਫਸ਼ਾਇਦਰ ਲੈ ਜਾਂਦੇ ਉਹ ਕਿੱਥੋਂ ਲੈ ਰਹੇ ਆ ਹਮ ਸਾਰੇ ਇੱਕ ਨਹੀਂ 92 ਦੇ 92 ਹੀ ਤਾਂ ਤਰ ਕਰਨੇ ਚਾਹੇ ਲਾਲਜੀਤ ਭੁੱਲ ਰarre ਸਾਰੇ ਭੁੱਲਦੇ ਨਹੀਂ ਕਿਸੇ ਨੂੰ ਜੀ ਕਤਲ ਆਉਂਦੇ ਡਾਂਗਾ ਚੱਲੀਆਂ ਉੱਥੇ ਚੱਲ ਕੇ ਵੇਖੋ ਜੀਰੇ ਦੇ ਵਿੱਚ ਕੀ ਕਰਦੇ ਇਹ ਵੋਟਾਂ ਦੇ ਸਾਡੇ ਪੈਣ ਵੀ ਜਾਣ ਨੂੰ ਤਾਂ ਅਸੀਂ ਪਰ ਇਹ ਕਿ ਬੱਲ ਬਾਦेंगे ਵੜੋ ਲੱਖਾਂ ਦੇ ਬੂਟ ਕੱਪੜੇ ਪਾਉਂਦੇ ਮੈਂ ਕਿਹਾ ਲੱਖਾਂ ਦੇ ਬੂਟ ਪਾਏ ਪਾ ਕੇ ਮੈਂ ਪਿੰਡ ਦੇ ਵੜੋ ਤੋਂ ਗਿਆ ਸਭ ਨੂੰ ਸ਼ਾਲਾ ਮੇਖੀ ਚਕੁੰਦੇ ਸੋਡੀਆਂ ਬਹੁਤ ਸਾਰੇ ਮੇਹੀ ਇਹਨਾਂ ਤੋਂ ਮੇਰੇ ਬਸ ਆ ਗਿਆ ਚਮ ਇਹ ਰਹਿਣਿਆ ਨਹੀਂ ਚਾਹੀਦੇ ਬੰਦੇ ਇਹ ਤੇ ਗਾਂਵ ਉਹ ਨੱਕ ਨਾ ਕਰੇ ਜੱਟ ਦਾ ਪੋਤੂ ਤਾਂ ਇਹਨਾਂ ਬੂਟਾ ਪਾਉਣ ਮਗਰਤਈ ਹਮਮ ਬਹਿਰ ਜਿਹੜਾ ਖਾਲਸਾ ਬਹਿਰ ਜਿਹੜੀ ਫਤਈ